ਅਸੀਂ ਕੀ ਕਰਨਾ ਹੈ, ਅਸੀਂ ਕੀ ਬਣਨਾ ਹੈ, ਉਹ ਸਾਡੇ ਲਈ ਬਹੁਤ ਇੰਪੋਰਟੈਂਟ ਹੁੰਦਾ ਹੈ। ਫਿਰ ਤੁਸੀਂ ਅਜਿਹਾ ਕਿਵੇਂ ਸੋਚ ਲਿਆ ਕਿ ਹਾਂ ਮੈਂ ਬਜ਼ੁਰਗਾਂ ਦੀ ਸੇਵਾ ਕਰਨੀ ਹੈ, ਤੁਸੀਂ ਵਿਆਹ ਵੀ ਨਹੀਂ ਕਰਵਾਇਆ, ਇੰਨਾ ਵੱਡਾ ਡਿਸੀਜ਼ਨ? ਮੈਂ ਆਪਣੇ ਵਿਆਹ 'ਤੇ ਕਿਸੇ ਨੂੰ ਸੱਦਿਆ ਨਹੀਂ ਸੀਗਾ। ਆਲਰੇਡੀ ਮੇਰੇ ਵਿਆਹ ਨੂੰ 25 ਸਾਲ ਹੋ ਗਏ ਨੇ ਜੀ, ਅਤੇ ਮੈਂ ਤਕਰੀਬਨ ਸਾਰਿਆਂ ਨੂੰ ਇਹੋ ਹੀ ਜਵਾਬ ਦਿੰਦੀ ਹੁੰਦੀ ਹਾਂ ਕਿ ਮੈਂ ਜਿਹੜਾ ਵਿਆਹ ਕਰਾਇਆ ਹੋਇਆ ਜੀ, ਉਹ ਮੈਂ ਆਸ਼ਰਮ ਨਾਲ ਕਰਾਇਆ ਹੋਇਆ, ਅਤੇ ਮੈਂ ਆਪਣਾ ਆਪ ਆਸ਼ਰਮ ਨੂੰ ਸਮਰਪਿਤ ਕੀਤਾ ਹੋਇਆ ਜੀ। ਜਦੋਂ ਅਸੀਂ ਆਸ਼ਰਮ ਸ਼ੁਰੂ ਕੀਤਾ ਤਾਂ ਮੇਰੇ ਫਾਦਰ ਸਾਹਿਬ ਬਿਮਾਰ ਰਹਿਣ ਲੱਗ ਗਏ ਸੀ ਜੀ। 7 ਸਾਲ ਬਾਅਦ ਮੇਰੇ ਫਾਦਰ ਸਾਹਿਬ ਐਕਸਪਾਇਰ ਹੋ ਗਏ ਸੀ, 22 ਫਰਵਰੀ 2005 ਨੂੰ। ਅਤੇ ਉਹਨਾਂ ਦਾ ਬਚਨ ਸੀਗਾ ਕਿ ਆਸ਼ਰਮ ਚੱਲਦਾ ਰਹਿਣਾ ਚਾਹੀਦਾ, ਤੂੰ ਆਪਣੀ ਲਾਈਫ ਨੂੰ ਕਿਵੇਂ ਸੈੱਟ ਕਰਨਾ, ਕਿਵੇਂ ਨਹੀਂ ਕਰਨਾ, ਵਿਆਹ ਕਰਾਉਣਾ ਹੈ ਜਾਂ ਨਹੀਂ ਕਰਾਉਣਾ, ਇਹ ਤੇਰੀ ਰਿਸਪੋਂਸੀਬਿਲਟੀ ਆ। ਲੋਕ ਕਹਿੰਦੇ ਨੇ ਕਿ ਇਕੱਲੀ ਲੇਡੀ ਦੇ ਲਈ ਸਾਰੀਆਂ ਚੀਜ਼ਾਂ ਹੈਂਡਲ ਕਰਨੀਆਂ ਬੜੀਆਂ ਔਖੀਆਂ ਹੋ ਜਾਂਦੀਆਂ, ਸਿਰਫ ਆਪਣਾ ਪਰਿਵਾਰ ਹੀ ਹੈਂਡਲ ਕਰਨਾ ਔਖਾ ਹੋ ਜਾਂਦਾ। ਤੁਸੀਂ ਤਾਂ ਇੰਨਾ ਵੱਡਾ ਪਰਿਵਾਰ ਇੱਥੇ ਵਸਾਇਆ ਹੋਇਆ, ਤੁਹਾਨੂੰ ਮੁਸ਼ਕਿਲ ਨਹੀਂ ਆਉਂਦੀਆਂ ਸਾਰੀਆਂ ਚੀਜ਼ਾਂ ਮੈਨੇਜ ਕਰਨ ਦੇ ਵਿੱਚ? ਇਕੱਲੀ ਬਹਿ ਕੇ ਵੀ ਮੇਰੇ ਖਿਆਲ 'ਚ ਮੈਂ 2-2, 3-3 ਘੰਟੇ ਰੋਂਦੀ ਰਹੀ ਹਾਂ, ਪਰ ਮੇਰੀ ਫੈਮਿਲੀ ਨੇ ਮੈਨੂੰ ਜੀ ਬਹੁਤ ਜ਼ਿਆਦਾ ਸਪੋਰਟ ਕੀਤੀ ਹੈ, ਬਹੁਤ ਜ਼ਿਆਦਾ ਸਪੋਰਟ ਕੀਤੀ ਹੈ। ਮੇਰੇ ਕੋਲ ਤਕਰੀਬਨ ਜੀ 12-13 ਬਜ਼ੁਰਗ ਰਹਿੰਦੇ ਆ, ਵੈਸੇ ਸਾਡੇ ਕੋਲ ਤਕਰੀਬਨ ਜਿਹੜੀ ਔਸਤ ਹੈਗੀ ਆ ਉਹ ਅਸੀਂ 15-16 ਰੱਖਦੇ ਹਾਂ। ਅੱਜ ਦੀ ਡੇਟ 'ਚ ਜਿਹੜੀ ਹੈਗੀ ਆ ਉਹ ਸਾਡੇ ਕੋਲ 12 ਬਜ਼ੁਰਗ ਨੇ ਜੀ। ਪਹਿਲਾਂ ਬੱਚੇ ਪੇਰੈਂਟਸ ਤੋਂ ਡਰਦੇ ਸੀ, ਲੇਕਿਨ ਅੱਜ ਪੇਰੈਂਟਸ ਬੱਚਿਆਂ ਤੋਂ ਡਰਦੇ ਆ, ਕਿਉਂਕਿ ਸਮਾਂ ਬੜਾ ਬਦਲ ਚੁੱਕਿਆ ਜੀ। ਪਰ ਇੱਕ ਟਾਈਮ ਮੇਰਾ ਆ ਗਿਆ ਸੀਗਾ ਕਿ ਮੇਰੀ ਮੰਮੀ ਨੇ ਵੀ ਕਿਹਾ ਸੀ ਵੀ ਨਹੀਂ, ਤੇਰੇ ਮੂਹਰੇ ਹੱਥ ਮੈਂ ਬੰਨਦੀ ਹਾਂ, ਵੀ ਤੂੰ ਇਹ ਸਾਰਾ ਕੁਛ ਛੱਡ ਦੇ। ਮੈਂ ਕਿਹਾ ਵੀ ਨਹੀਂ, ਇਹ ਗੱਲ ਮੈਨੂੰ ਦੁਬਾਰਾ ਬੋਲਣੀ ਨਹੀਂ ਹੈਗੀ, ਮੈਂ ਘਰ ਛੱਡ ਸਕਦੀ ਹਾਂ ਲੇਕਿਨ ਆਸ਼ਰਮ ਨਹੀਂ ਛੱਡ ਸਕਦੀ ਜੀ। ਮੁਸ਼ਕਲਾਂ ਬਹੁਤ ਜ਼ਿਆਦਾ ਸੀ। ਸਾਡੀ ਤਾਂ ਸਾਂਭ ਵਿੱਚ ਇੰਨੀ ਹੁੰਦੀਆਂ ਨਾ, ਜਿਹਦਾ ਹਿਸਾਬ ਕੋਈ ਨਹੀਂ। ਆਪ ਚਾਹੇ ਭੁੱਖੇ ਵੀ ਰਹਿ ਜਾਣ, ਸਾਨੂੰ ਭੁੱਖਾ ਨਹੀਂ ਇੱਥੇ ਰਹਿੰਦੇ। ਠੀਕ ਹੈ ਨਾ, ਆਲਰੇਡੀ ਖਰਚੇ ਤਾਂ ਬਹੁਤ ਜ਼ਿਆਦਾ ਹੁੰਦੇ, ਪਰ ਅਸੀਂ ਕੋਸ਼ਿਸ਼ ਕਰਦੇ ਹੁੰਦੇ ਹਾਂ ਵੀ ਜਿੰਨਾ ਕੁ ਸਾਡੇ ਕੋਲੋਂ ਘੱਟ ਤੋਂ ਘੱਟ ਖਰਚਾ ਹੋਵੇ, ਕਿਉਂਕਿ ਮੈਨੂੰ ਫਾਈਨੈਂਸ਼ਲੀ ਪ੍ਰੋਬਲਮ ਹੋਣ ਕਰਕੇ ਹੀ ਮੈਂ ਜਿੰਨਾ ਵੀ ਕੰਮ ਹੈਗਾ ਨਾ ਜੀ ਇੱਥੇ, ਉਹ ਸਾਰਾ ਆਪ ਕਰਦੀ ਹਾਂ। ਮੈਡਮ ਬਾਰੇ ਤਾਂ ਮੈਂ ਇੰਨਾ ਕਹਿ ਸਕਦਾ, ਮੇਰੀ ਜ਼ਬਾਨ ਹੀ ਨਹੀਂ ਯਾਦ ਦਿੰਦੀ ਜਿੰਨਾ ਮੈਂ ਕਹਿ ਸਕਦਾ, ਕਿਉਂ ਇਹਦੇ ਵਰਗਾ ਤਾਂ ਕੋਈ ਬੰਦਾ ਦੁਨੀਆ 'ਤੇ ਮੈਂ ਦੇਖਿਆ ਨਹੀਂ। ਹਰ ਔਰਤ ਇਹ ਚਾਹੁੰਦੀ ਹੈ ਕਿ ਮੇਰਾ ਪੁੱਤਰ ਸਰਵਣ ਪੁੱਤਰ, ਪਰ ਕੋਈ ਔਰਤ ਇਹ ਨਹੀਂ ਚਾਹੁੰਦੀ ਕਿ ਮੇਰਾ ਪਤੀ ਸਰਵਣ ਪਤੀ ਹੋਵੇ। ਹਾਂ, ਬਹੁਤ ਚੰਗੇ ਹੈ। ਇਹ ਬੀਬੀ ਬਹੁਤ ਚੰਗੀ ਹੈ। ਹਾਂ, ਵਧੀਆ, ਮੈਨੂੰ ਸਵੇਰੇ ਮੂੰਹ ਧੋਂਦੀ, ਸਭ ਕੁਛ ਕਰਦੀ ਹੈ ਮੇਰਾ। ਸਤਿ ਸ਼੍ਰੀ ਅਕਾਲ, ਮੈਂ ਤੁਹਾਡੇ ਨਾਲ ਜਸਮੀਤ, ਤੁਸੀਂ ਵੇਖ ਰਹੇ ਹੋ ਡੇਲੀ ਪੋਸਟ ਪੰਜਾਬੀ। ਅੱਜ ਇੰਟਰਨੈਸ਼ਨਲ ਵਿਮੈਨ ਡੇ ਹੈ, ਸਭ ਤੋਂ ਪਹਿਲਾਂ ਸਾਡੇ ਵੱਲੋਂ ਸਾਰੀਆਂ ਹੀ ਮਹਿਲਾਵਾਂ ਨੂੰ ਬਹੁਤ ਬਹੁਤ ਮੁਬਾਰਕਾਂ ਮੇਰੇ ਅਤੇ ਮੇਰੀ ਟੀਮ ਦੇ ਵੱਲੋਂ। ਅੱਜ ਅਸੀਂ ਤੁਹਾਨੂੰ ਅਜਿਹੀ ਇੱਕ ਮਹਿਲਾ ਦੇ ਨਾਲ ਮਿਲਵਾਵਾਂਗੇ ਜੋ ਮਿਸਾਲ ਬਣੀ ਹੋਈ ਹੈ। ਇਸ ਮਹਿਲਾ ਦਾ ਨਾਮ ਰਵੀ ਦੇਵਗਨ ਹੈ, ਜਿਸਨੇ ਵਿਆਹ ਨਹੀਂ ਕਰਵਾਇਆ, ਆਪਣੀ ਪਰਸਨਲ ਲਾਈਫ ਸੈੱਟ ਨਹੀਂ ਕੀਤੀ, ਪਰ ਆਪਣੀ ਜ਼ਿੰਦਗੀ ਦਾ ਇੱਕ ਨਿਸ਼ਾਨਾ ਮਿਥ ਲਿਆ। ਅਤੇ ਨਿਸ਼ਾਨਾ ਜੋ ਮਿਥਿਆ, ਇੱਕ ਬਹੁਤ ਵੱਡੀ ਮਿਸਾਲ ਹੈ। ਇਸ ਵਕਤ ਉਹਨਾਂ ਦੇ ਵੱਲੋਂ ਇੱਕ ਬਿਰਧ ਆਸ਼ਰਮ ਚਲਾਇਆ ਜਾ ਰਿਹਾ ਹੈ, ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ, ਸਾਡੇ ਨਾਲ ਮੌਜੂਦ ਨੇ। ਬਹੁਤ ਬਹੁਤ ਸਵਾਗਤ ਮੈਡਮ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਸਾਰੇ ਦਰਸ਼ਕਾਂ ਨੂੰ, ਔਰ ਖਾਸ ਕਰਕੇ ਮੈਡਮ ਜਸਮੀਤ ਕੌਰ ਜੀ ਜੋ ਕਿ ਡੇਲੀ ਪੋਸਟ ਤੋਂ ਆਏ ਨੇ। ਅਸੀਂ ਡੇਲੀ ਪੋਸਟ ਵਾਲਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇੱਥੇ ਆ ਕੇ ਸਾਨੂੰ ਤੁਹਾਡੇ ਰੂਬਰੂ ਹੋਣ ਦਾ ਮੌਕਾ ਦਿੱਤਾ ਜੀ। ਰਵੀ ਜੀ, ਸਭ ਤੋਂ ਪਹਿਲਾਂ ਸਵਾਲ ਹਰ ਇੱਕ ਦੇ ਦਿਮਾਗ ਦੇ ਵਿੱਚ ਇਹ ਆਉਂਦਾ ਹੈ ਕਿ ਤੁਹਾਡੀ ਉਮਰ ਕੋਈ ਬਹੁਤੀ ਨਹੀਂ ਹੈਗੀ, ਤੁਸੀਂ ਬਹੁਤ ਛੋਟੀ ਏਜ ਦੇ ਵਿੱਚ ਇਹ ਸਭ ਕੁਝ ਸ਼ੁਰੂ ਕੀਤਾ, ਇਹ ਸਭ ਚੀਜ਼ਾਂ ਦਿਮਾਗ ਦੇ ਵਿੱਚ ਕਿਵੇਂ ਆਈਆਂ? ਐਕਚੁਅਲੀ ਜਦੋਂ ਅਸੀਂ ਬਿਰਧ ਆਸ਼ਰਮ ਸ਼ੁਰੂ ਕਰਨ ਤੋਂ ਪਹਿਲਾਂ ਨਾ ਜੀ, ਮੇਰੀ ਦਾਦੀ ਦੇ ਨਾਲ ਬਹੁਤ ਜ਼ਿਆਦਾ ਪਿਆਰ ਸੀ, ਅਤੇ ਮੇਰੀ ਦਾਦੀ ਦੀ ਜਦੋਂ ਡੈਥ ਹੋਈ ਆ
ਤੇ ਸਾਨੂੰ ਕਿੰਨਾ ਹੀ ਟਾਈਮ ਨਾ ਇਹ ਮਹਿਸੂਸ ਹੁੰਦਾ ਰਿਹਾ ਵੀ ਸਾਡੇ ਘਰ ਦੇ ਵਿੱਚ ਕੋਈ ਨਾ ਕੋਈ ਬਜ਼ੁਰਗ ਹੋਣਾ ਚਾਹੀਦਾ। ਆਲਰੇਡੀ ਸਾਡੀ ਸਾਰੀ ਫੈਮਿਲੀ ਨੂੰ ਹੀ ਬਜ਼ੁਰਗਾਂ ਦੇ ਨਾਲ ਬਹੁਤ ਜ਼ਿਆਦਾ ਪਿਆਰ ਆ ਜੀ। ਤੇ ਜਦੋਂ ਸਾਨੂੰ ਇਦਾਂ ਰਹਿਣ ਲੱਗ ਗਿਆ ਵੀ ਸਾਡੇ ਘਰ 'ਚ ਕੋਈ ਨਾ ਕੋਈ ਬਜ਼ੁਰਗ ਚਾਹੀਦਾ, ਤੇ ਫਿਰ ਸਾਡੀ ਜਿਹੜੀ ਇਹ ਜਗ੍ਹਾ ਹੈਗੀ ਆ ਇਹ ਸਾਡੀ ਆਪਣੀ ਸੀਗੀ। ਤੇ ਫਾਦਰ ਸਾਹਿਬ ਨੂੰ ਵੀ ਇਦਾਂ ਮਹਿਸੂਸ ਹੋਣ ਲੱਗਿਆ ਕਿ ਬੱਚੇ ਹੁਣ ਬਜ਼ੁਰਗਾਂ ਤੋਂ ਬਿਨਾਂ ਨਹੀਂ ਰਹਿੰਦੇ। ਤੇ ਫਿਰ ਅਸੀਂ ਮਾਈਂਡ ਦੇ ਵਿੱਚ ਉਹਨਾਂ ਦੇ ਵਿਚਾਰ ਇਹ ਆਇਆ ਸੀਗਾ ਵੀ ਆਪਾਂ ਨਾ ਇੱਥੇ ਆਪਣੇ ਕੋਲ ਜਗ੍ਹਾ ਹੈਗੀ ਆ ਵੀ ਇੱਥੇ ਦੋ ਕਮਰੇ ਪਾਵਾਂਗੇ। ਅਤੇ ਕਮਰੇ ਪਾ ਕੇ ਵੀ ਉਹ ਬਜ਼ੁਰਗ ਜਿਹੜੇ ਬੇਸਹਾਰਾ ਨੇ ਵੀ ਨਹੀਂ ਹੈਗੇ ਵੀ ਚੱਲ ਇੱਥੇ ਨਾਲ ਤਾਂ ਬੱਚਿਆਂ ਦਾ ਜੀ ਲੱਗਿਆ ਰਿਹਾ ਕਰੂ, ਅਤੇ ਨਾਲ ਉਹ ਆਪਣਾ ਸਾਰਾ ਦਿਨ ਇੱਥੇ ਟਾਈਮ ਪਾਸ ਕਰਿਆ ਕਰਨਗੇ, ਖਾ ਪੀ ਕੇ ਆਪਣਾ ਆਪਣਾ ਸ਼ਾਮ ਨੂੰ ਘਰਾਂ ਨੂੰ ਚਲੇ ਜਾਇਆ ਕਰਨਗੇ ਜੀ। ਅਤੇ ਇਸ ਤੋਂ ਫਿਰ ਇਹੀ ਗੱਲ ਚੱਲਦਿਆਂ ਚੱਲਦਿਆਂ ਅਤੇ ਅਸੀਂ ਕੁਛ ਕੁ ਆਸ਼ਰਮਾਂ ਦੇ ਵਿੱਚ ਵਿਜ਼ਿਟ ਕਰਨਾ ਸ਼ੁਰੂ ਕੀਤਾ ਜੀ। ਅਤੇ ਜਦੋਂ ਅਸੀਂ ਉੱਥੇ ਜਾ ਕੇ ਦੇਖਣਾ ਸ਼ੁਰੂ ਕੀਤਾ ਵੀ ਉਹ ਬਜ਼ੁਰਗਾਂ ਨੂੰ ਕਿੱਦਾਂ ਦੇਖਦੇ ਨੇ, ਅਤੇ ਫਿਰ ਸਾਡਾ ਜਿਹੜਾ ਇਹ ਇੱਦਾਂ ਵੀ ਚਲੋ ਟਾਈਮ ਪਾਸ ਕਰਾਂਗੇ ਉਹਨੂੰ ਮੁੱਖ ਰੱਖਦਿਆਂ ਅਸੀਂ ਫਿਰ ਇੱਥੇ ਬਿਰਧ ਆਸ਼ਰਮ ਬਣਾਉਣ ਦਾ ਹੀ ਉਪਰਾਲਾ ਕੀਤਾ ਜੀ ਵੀ ਤਾਂ ਕਿ ਇੱਥੇ ਜਿਹੜਾ ਬਿਰਧ ਆਸ਼ਰਮ ਬਣਾਇਆ ਜਾਵੇ ਜੀ। ਕਿੰਨੇ ਸਾਲ ਹੋ ਗਏ ਤੁਹਾਨੂੰ ਇਹ ਆਸ਼ਰਮ ਚਲਾਉਂਦਿਆਂ ਨੂੰ? ਆਸ਼ਰਮ ਚੱਲਦੇ ਨੂੰ ਜੀ ਤਕਰੀਬਨ 25 ਸਾਲ ਹੋ ਗਏ ਨੇ ਜੀ। 10 ਦਸੰਬਰ 1997 ਨੂੰ ਮੇਰੇ ਫਾਦਰ ਸਾਹਿਬ ਦੇ 47ਵੇਂ ਜਨਮ ਦਿਨ 'ਤੇ ਅਸੀਂ ਇਹ ਆਸ਼ਰਮ ਦਾ ਨੀਂਹ ਪੱਥਰ ਰੱਖਿਆ ਸੀਗਾ ਜੀ। ਹਾਂਜੀ, ਹੁਣ ਇਹਨੂੰ 10 ਦਸੰਬਰ ਨੂੰ 25ਵਾਂ ਸਾਲ ਲੱਗ ਗਿਆ ਜੀ। ਇਸ ਵਕਤ ਤੁਹਾਡੇ ਕੋਲ ਕਿੰਨੇ ਬਜ਼ੁਰਗ ਨੇ ਆਸ਼ਰਮ 'ਚ? ਮੇਰੇ ਕੋਲ ਤਕਰੀਬਨ ਜੀ 12-13 ਬਜ਼ੁਰਗ ਰਹਿੰਦੇ ਆ। ਵੈਸੇ ਸਾਡੇ ਕੋਲ ਤਕਰੀਬਨ ਜਿਹੜੀ ਔਸਤ ਹੈਗੀ ਆ ਉਹ ਅਸੀਂ 15-16 ਰੱਖਦੇ ਹਾਂ। ਅੱਜ ਦੀ ਡੇਟ 'ਚ ਜਿਹੜੀ ਹੈਗੀ ਆ ਉਹ ਸਾਡੇ ਕੋਲ 12 ਬਜ਼ੁਰਗ ਨੇ ਜੀ। ਇੱਥੇ ਲੋਕ ਕਹਿੰਦੇ ਨੇ ਕਿ ਖਾਸ ਕਰ ਜਦੋਂ ਯੰਗ ਏਜ ਹੁੰਦੀ ਹੈ ਕਿਸੇ ਦਾ ਧਿਆਨ ਹੀ ਨਹੀਂ ਹੁੰਦਾ ਕਿ ਬਜ਼ੁਰਗਾਂ ਦੀ ਕੇਅਰ ਕੀਤੀ ਜਾਏ। ਮੋਸਟਲੀ ਯੰਗ ਏਜ ਦੇ ਜੋ ਮੁੰਡੇ ਕੁੜੀਆਂ ਹੁੰਦੇ ਨੇ ਉਹ ਸਿਰਫ ਆਪਣੇ ਆਪ ਦੇ ਵਿੱਚ ਮਗਨ ਹੁੰਦੇ ਨੇ। ਹੁਣ ਲੱਗਦਾ ਕਿ ਸਾਡਾ ਕਰੀਅਰ ਸਾਡੇ ਲਈ ਪ੍ਰਾਇਓਰਿਟੀ ਹੈ, ਸਾਡੀਆਂ ਆਪਣੀਆਂ ਜੋ ਸੈਲਫ ਸਾਡੀਆਂ ਸਟੀਮਸ ਨੇ ਉਹ ਸਾਡੇ ਲਈ ਪ੍ਰਾਇਓਰਿਟੀਜ਼ ਨੇ, ਅਸੀਂ ਕੀ ਕਰਨਾ, ਅਸੀਂ ਕੀ ਬਣਨਾ ਉਹ ਸਾਡੇ ਲਈ ਬਹੁਤ ਇੰਪੋਰਟੈਂਟ ਹੁੰਦਾ। ਫਿਰ ਤੁਸੀਂ ਅਜਿਹਾ ਕਿਵੇਂ ਸੋਚ ਲਿਆ ਕਿ ਹਾਂ ਮੈਂ ਬਜ਼ੁਰਗਾਂ ਦੀ ਸੇਵਾ ਕਰਨੀ ਹੈ? ਤੁਸੀਂ ਵਿਆਹ ਵੀ ਨਹੀਂ ਕਰਵਾਇਆ, ਇੰਨਾ ਵੱਡਾ ਡਿਸੀਜ਼ਨ? ਅਸਲ ਵਿੱਚ ਨਾ ਜੀ ਅੱਜ ਕੱਲ੍ਹ ਦੇ ਜਿਹੜੇ ਬੱਚੇ ਨੇ ਉਹ ਤਕਰੀਬਨ ਮੈਂ ਤੱਕ ਸੀਮਤ ਰਹਿ ਗਏ ਨੇ। ਬਸ ਸਿਰਫ ਆ ਮੇਰਾ ਆ ਅਤੇ ਆ ਮੈਂ ਆ ਅਤੇ ਮੇਰੀ ਚੀਜ਼ ਆ, ਕਿਉਂਕਿ ਘਰਾਂ ਦੇ ਵਿੱਚ ਅੱਜ ਕੱਲ੍ਹ ਪਹਿਲਾਂ ਹੁੰਦੇ ਸੀ 5-5, 7-7 ਬੱਚੇ, ਇੱਕ ਅੱਧੇ ਦੇ ਲੱਗ ਗਈ ਪੈ ਗਈ ਕਿਧਰੇ ਕੋਈ ਫਰਕ ਨਹੀਂ ਸੀ ਪੈਂਦਾ। ਹੁਣ ਬੱਚੇ ਜਿਹੜੇ ਹੈਗੇ ਨੇ ਤਕਰੀਬਨ ਘਰਾਂ ਦੇ ਵਿੱਚ 1 ਜਾਂ 2 ਬੱਚੇ ਨੇ। ਅਤੇ ਪੇਰੈਂਟਸ ਵੀ ਪਹਿਲਾਂ ਬੱਚੇ ਪੇਰੈਂਟਸ ਤੋਂ ਡਰਦੇ ਸੀ, ਲੇਕਿਨ ਅੱਜ ਪੇਰੈਂਟਸ ਬੱਚਿਆਂ ਤੋਂ ਡਰਦੇ ਆ, ਕਿਉਂਕਿ ਸਮਾਂ ਬੜਾ ਬਦਲ ਚੁੱਕਿਆ ਜੀ। ਪੇਰੈਂਟਸ ਇਸ ਕਰਕੇ ਡਰਦੇ ਆ ਕਿ ਨਹੀਂ ਸਾਡਾ ਬੱਚਾ ਇਕੱਲਾ ਆ, ਬਾਕੀ ਬੇਰੁਜ਼ਗਾਰੀ ਮਹਿੰਗਾਈ ਜਿਹੜੀ ਹੈਗੀ ਆ ਉਹਦਾ ਤਾਂ ਅਸਰ ਹੈਗਾ ਹੀ ਹੈਗਾ ਜੀ। ਤਕਰੀਬਨ ਜਦੋਂ ਬੱਚਿਆਂ ਦੇ ਵਿੱਚ ਮੈਂ ਤੇ ਆ ਜਾਵੇ ਗੱਲ, ਤੇ ਕੰਮ ਅਸੀਂ ਅੱਜ ਕੱਲ੍ਹ ਬੱਚਿਆਂ ਨੂੰ ਸ਼ੁਰੂ ਤੋਂ ਹੀ ਨਹੀਂ ਲਾਉਂਦੇ ਹੈਗੇ ਘਰਾਂ 'ਚ ਵੀ ਨਹੀਂ ਬੱਚੇ ਆ, ਠੀਕ ਹੈ ਨਾ, ਚਲ ਕੋਈ ਨਾ ਵੱਡਾ ਹੋ ਕੇ ਕਰ ਲਓ। ਤਕਰੀਬਨ ਲਾਡ ਪਿਆਰ ਜਿਹੜਾ ਹੈਗਾ ਉਹ ਵੱਖਰਾ ਹੁੰਦਾ ਆ ਅਤੇ ਉਹਨੂੰ ਇੱਕ ਸਾਈਡ 'ਤੇ ਰੱਖਣਾ ਚਾਹੀਦਾ, ਲੇਕਿਨ ਸਾਡੀ ਆਪਣੀ ਜਿਹੜੀ ਪਰਵਰਿਸ਼ ਹੈਗੀ ਆ ਉਹਦੇ ਉਹਦਾ ਅਸਰ ਆ ਜੀ ਬੱਚਿਆਂ 'ਤੇ। ਅਸੀਂ ਬੱਚਿਆਂ ਨੂੰ ਉਸ ਢੰਗ ਨਾਲ ਡੀਲ ਹੀ ਨਹੀਂ ਕਰ ਰਹੇ ਅੱਜ ਕਿ ਉਹ ਬਜ਼ੁਰਗਾਂ ਦੇ ਪ੍ਰਤੀ ਉਹਨਾਂ ਦਾ ਕੋਈ ਪਿਆਰ ਹੋਵੇ, ਕਿਉਂਕਿ ਅਸੀਂ ਸ਼ੁਰੂ ਤੋਂ ਹੀ ਬੱਚਿਆਂ ਦੇ ਵਿੱਚ ਭਾਵਨਾ ਉੱਦਾਂ ਦੀ ਪੈਦਾ ਸ਼ੁਰੂ ਕਰਨ ਦਿੱਤੀ ਨਹੀਂ, ਆਹ ਮੇਰਾ ਤੂੰ ਆਹ ਹੀ ਕਰਨਾ, ਤੂੰ ਆਹ ਹੀ ਕਰਨਾ, ਆਹ ਮੇਰਾ ਮਕਸਦ ਆ, ਬਸ ਇੱਥੇ ਤੱਕ ਹੀ ਅਸੀਂ ਸੀਮਤ ਰਹਿ ਗਏ। ਅਤੇ ਬਾਕੀ ਫਿਰ ਬਹੁਤ ਸਾਰੀਆਂ ਗੱਲਾਂ ਘਰਾਂ ਦੇ ਵਿੱਚ ਇਹੋ ਜਿਹੀਆਂ ਹੁੰਦੀਆਂ ਨੇ ਕਿ ਬੱਚਿਆਂ ਦੇ ਵਿੱਚ ਅੱਜ ਕੱਲ੍ਹ ਸਹਿਣਸ਼ੀਲਤਾ ਹੈ ਨਹੀਂ ਜੀ। ਹਾਂਜੀ, ਜਿਨ੍ਹਾਂ ਕਰਕੇ ਥੋੜ੍ਹੇ ਜਿਹੇ ਬੱਚੇ ਥੋੜ੍ਹੇ ਨਹੀਂ ਬਹੁਤ ਜ਼ਿਆਦਾ ਅਵਾਇਡ ਕਰਦੇ ਆ ਜੀ ਅੱਜ ਕੱਲ੍ਹ ਬਜ਼ੁਰਗਾਂ ਨੂੰ। ਇਹ ਮਤਲਬ ਤੁਸੀਂ ਕਿਸੇ ਤੋਂ ਮੋਟੀਵੇਟ ਹੋਏ ਕਿ ਸਿਰਫ ਆਪਣਾ ਇੱਕ ਮਕਸਦ ਸਾਧ ਲਿਆ ਆਪਣੀ ਲਾਈਫ ਨੂੰ ਸੈਟਲ ਕਰਨੀ, ਜਾਂ ਕਿਸੇ ਨਾ ਕਿਸੇ ਕਦੇ ਬੈਠੇ ਬਿਠਾਏ ਤੁਹਾਡੇ ਦਿਮਾਗ 'ਚ ਹੀ ਆਇਆ ਕਿ ਨਹੀਂ ਛੱਡੋ ਉਹ ਲਾਈਫ ਇੱਕ ਪਾਸੇ ਰਹਿ ਗਈ, ਉਹ ਤਾਂ ਸਾਰੇ ਹੀ ਕਰਦੇ ਨੇ, ਕਿਉਂ ਨਾ ਮੈਂ ਕੁਝ ਵੱਖਰਾ ਕਰਾਂ? ਹਾਂਜੀ, ਅਸਲ ਵਿੱਚ ਜਦੋਂ ਅਸੀਂ ਬਿਰਧ ਆਸ਼ਰਮ ਸ਼ੁਰੂ ਕੀਤਾ ਸੀ ਨਾ ਜੀ, ਮੈਂ ਉਸ ਟਾਈਮ 'ਤੇ 18 ਸਾਲ ਦੀ ਸੀਗੀ। ਅਤੇ ਜਦੋਂ ਮੇਰੇ ਫਾਦਰ ਸਾਹਿਬ ਜਦੋਂ ਅਸੀਂ ਆਸ਼ਰਮ ਸ਼ੁਰੂ ਕੀਤਾ ਤਾਂ ਮੇਰੇ ਫਾਦਰ ਸਾਹਿਬ ਬਿਮਾਰ ਰਹਿਣ ਲੱਗ ਗਏ ਸੀ ਜੀ। 7 ਸਾਲ ਬਾਅਦ ਮੇਰੇ ਫਾਦਰ ਸਾਹਿਬ ਐਕਸਪਾਇਰ ਹੋ ਗਏ ਸੀ 22 ਫਰਵਰੀ 2005 ਨੂੰ। ਅਤੇ ਉਹਨਾਂ ਦਾ ਬਚਨ ਸੀਗਾ ਕਿ ਆਸ਼ਰਮ ਚੱਲਦਾ ਰਹਿਣਾ ਚਾਹੀਦਾ, ਤੂੰ ਆਪਣੀ ਲਾਈਫ ਨੂੰ ਕਿਵੇਂ ਸੈੱਟ ਕਰਨਾ ਕਿਵੇਂ ਨਹੀਂ ਕਰਨਾ, ਵਿਆਹ ਕਰਾਉਣਾ ਹੈ ਜਾਂ ਨਹੀਂ ਕਰਾਉਣਾ, ਇਹ ਤੇਰੀ ਰਿਸਪੋਂਸੀਬਿਲਟੀ ਆ, ਤੇਰੀ ਆਪਣੀ ਮਰਜ਼ੀ ਆ, ਪਰ ਆਸ਼ਰਮ ਨਹੀਂ ਬੰਦ ਹੋਣਾ ਚਾਹੀਦਾ ਜੀ। ਲੇਕਿਨ ਮੈਂ ਜਿਸ ਦਿਨ ਡੈਥ ਹੋਈ ਸੀ ਮੈਂ ਆਪਣੀ ਲਾਈਫ ਦਾ ਉਸੇ ਦਿਨ ਹੀ ਪ੍ਰਣ ਕਰ ਲਿਆ ਸੀਗਾ ਕਿ ਵੀ ਮੈਂ ਅੱਜ ਤੋਂ ਬਾਅਦ 'ਚ ਆਪਣੇ ਆਪ ਨੂੰ
आश्रम नूं समर्पित करना जी। तो बाकी मोटीवेट जाएगा ऑलरेडी साढ़े सारी ही फैमिली नूं बजुर्गों के नाल बहुत ज़्यादा प्यार है जी, जिन्हों असी मकसद रखते मुख रखद असी यह बिरध आश्रम शुरू किया जी। लोग कहते हैं कि इकली लेडी दे लई सारियां चीज़ां हैंडल करनियां बड़ियां औखियां हो जांदियां ने, सिर्फ अपना परिवार ही हैंडल करना औखा हो जांदा, तुसीं तां इन्ना वड्डा परिवार इत्थे वसाया होया, तुहानूं मुश्किल नहीं आउंदियां सारियां चीज़ां मैनेज करन दे विच? मुश्किलां तां जी मैं बयान नहीं कर सकती, मुश्किलां ते जदों तो फादर साहब की डैथ हुई आ बस मुश्किलां ते मेरे ख्याल अनुसार मैं समझ नहीं सी आउंदी भी मैं किहड़ी नूं पासे करां ते किहड़ी नूं किदां हैंडल करां, ते मुश्किलां 5-7 साल ते बहुत ज़्यादा आईयां जी। मैं कल्ली बह के भी मेरे ख्याल मैं 2-2, 3-3 घंटे रोंदी रही हूँ, पर मेरी फैमिली ने मैनू जी बहुत ज़्यादा सपोर्ट की है, बहुत ज़्यादा सपोर्ट की है, कोई होर करे ना करे पर मेरी फैमिली ने मैनू बहुत ज़्यादा सपोर्ट की है। पर एक टाइम मेरा आ गया सीगा कि मेरी मम्मी ने भी कहा भी नहीं तेरे मूहरे हाथ मैं बन दी हाँ भी तू ये सारा कुछ छड्ड दे, मैं कहा भी नहीं एक गल मैनू दोबारा बोलनी नहीं हैगी, मैं घर छड्ड सकदी हाँ लेकिन आश्रम नहीं छड्ड सकदी जी, मुश्किल बहुत ज़्यादा सी। कदे फिर रवि जी इदा नहीं आया दिमाग दे विच जो हुण थोड़े सुखाले होए हो कि क्यों ना अपनी लाइफ सैट की जाए, एक पासे बजुर्गों भी सांभिया जाए तो अपनी फैमिली भी बनाई जाए, कदे आया नहीं इदा दिमाग च? क्योंकि घर के परिवार के हमेशा कहिंदे रहिंदे ने, आप देखते हैं कि कुड़ियां दे तां पिछे ही पए रहिंदे ने कि विआह करा लो जी विआह करा लो। कुछ टाइम साढ़े घर दे कहिंदे रहे जी, मेरे मम्मी भी कहिंदे रहे आ, मेरे मम्मी ने क्योंकि मेरा मकसद सीगा जिहड़ा सीगा नहीं हैगा भी आ, और मेरा मकसद सिर्फ आश्रम आ जी, इस तो वध मेरे लिए कुछ नहीं, तो मेरी मम्मी ने कई जने कहना भी चल इनू तुसी मना के देख लो, लेकिन मेरा एको ही मकसद हुंदा सी कि मेरा मकसद आश्रम, मैं अपने आप नू आश्रम नू समर्पित करता। लेकिन हुण भी मैनू बहुत सारे लोग बोलते हैं असी ना आश्रम दे विच हर साल विआह करते हैं, तो मैनू पिक्चरां करन वाले भी अगर तो अपना कदों दिखाउणा, मैं कह दिंदी हां तुसी मैं अपने विआह ते किसे नू सद्दिया नहीं सीगा, ऑलरेडी मेरे विआह नू 25 साल हो गए ने जी, तो मैं तकरीबन सारिआं नू इहो ही जवाब दिंदी हुंदी हां, तो मैं जिहड़ा विआह कराया है जी वह मैं आश्रम नाल कराया होया, तो मैं अपना आप आश्रम नू समर्पित किया होया जी। आपां इत्थे सांभ संभाल की गल कर लैने आ, तुसी किस तरह के नाल खर्चा किवें मैनेज करते हो, अपने कोलों ही करते हो जां फिर तुहानू समाज सेवी संस्थावां दे वल्लों कोई मदद दित्ती जांदी है जां सरकारी तौर पर कोई मदद मुहैया हुंदी तुहानू? असी जदों आश्रम शुरू किया सी जी साडा असी इह मकसद असी सोच के चले सीगे भी जिन्ना टाइम साढ़े कोले 5-7 बजुर्ग ने असी जो भी खाना हैगा इन्हां दा असी घरों देना जी, तो मैं तकरीबन उन्ना टाइम करदी रही हाँ, तो हुण असी कुछ क टाइम तो वैसे सानू लोग बहुत सपोर्ट करते जी, पर हुण मैं कुछ क टाइम तो क्योंकि जदों असी इको काम नू लगातार कर रहे हैं ऑलरेडी एरिए दे विच भी पता जी इत्थे कि बिरध आश्रम चल रहा, कहिंदे हुंदे आ भी मन साफ होना चाहिए, नीयत तुहाडी साफ होनी चाहिए है, परमात्मा आप सहाई हुंदा और मालक की इन्नी क कृपा जी, मेरा एरिया ते मेरा शहर मैनू उहदे ते पूरा माण आ जी, वह मेरी हर काम दे विच मेरी इत्थे सपोर्ट करदे आ, किसी चीज़ की जरूरत हुंदी आ ते मैनू बस सिर्फ एक बार कहना हुंदा कि बजुर्गों नू आ चीज़ चाहिए आ ते तुसी इत्थे पहुँचदी करो जी, पहला औखा हुंदा रहा डैडी तो बाद विच क्योंकि उस टाइम ते मेरी उम्र बहुत ज़्यादा छोटी सीगी, 18 साल दी सी मैं जदों आश्रम शुरू किया, 25 साल दी सी जदों मैं डैडी दी डैथ हुई आ, तो मैं इनू हैंडल करना शुरू किया, कुछ टाइम मैनू औखा होया लेकिन हुण तकरीबन मैनू खाण पीण की बजुर्गों की कोई टेंशन नहीं हैगी भी जो चीज़ की रिक्वायरमेंट हुंदी आ साडी इत्थे पूरी हो जाती है जी। एवरेज मनीए तो दवाइया हो गई, खाना पीना हो गया, कपड़े हो गए, बिजली का बिल हो गया, होर भी बहुत सारिया चीज़ा आ जाए ने बुजुर्गों को, तो एक्सट्रा जरूरत पै जाए ने क्योंकि दवाइया की जरूरत बहुत रही है, एवरेज एक महीने का किन्ना को खर्चा पै जाता तुम्हें? नहीं मंथली प्रॉब्लम जी सू हैगी अपनी फाइनैशियली प्रॉब्लम ही है जी हैगी मंथली खर्चा तो ऑलरेडी हूँ जो आप घर अपने बुजुर्गों देखते हैं चार जी होंगे तो घट्टो घट्ट उन्हों का भी 10-15 हज़ार मामूली जहा खर्चा आ, हूँ जो इतने 12 बुजुर्गों का खाना बना सवेर का दोपहर का शाम का उन्हों का रोटी पानी दवाई बूटी हो गए बिजली के खर्चे हो गए ठीक है ना, ऑलरेडी खर्चे तो बहुत ज़्यादा होंगे पर असी कोशिश करते हैं भी जिन्ना क साढ़े कोलों घट तो घट खर्चा हो क्योंकि मैनू फाइनैशियली प्रॉब्लम होने करके ही मैं जिन्ना भी काम हैगा ना जी इतने वो सारा आप कर दी हूँ,
एक ऑर्गेनाइजर तो हैगी हैं, पर जो वर्कर का काम भी आ वह भी मैं तकरीबन 70% जोड़ा है वो आप ही कर दी हाँ। कई बार रवि जी इदा होंगे कि इमोशनल ब्रेकडाउन हो जाता है अपने लाइफ के बहुत सारिया अजिंह घटनावान होंदिया ने परिस्थितियां पैदा हो जाए ने, खास करके फीमेल तो बहुत कुछ फेस करना पैदा जिस तरह की अपनी सोसाइटी है, बहुत बार ज़्यादा इमोशनल ब्रेकडाउन होंगे तो उदों इदा नहीं लगता कि बजुर्गों किसी होर आश्रम से छड़िया वा मैं क्यों इन्हों भी अपने नाल तपाया होया तो भी किसी होर हिसाब नाल सैटलमेंट करा। मैं अपने ते हर मुसीबत झली है जी, हर मुसीबत झलण की समर्था रखदी हाँ। उस मालक ने मैनू इन्नी क हिम्मत दिती आ और मेरी फैमिली मैनू सपोर्ट कर रही है जी। प्रॉब्लम तो मैं तुहानू दस रही हाँ भी मैं जिन्नियां क मैनू प्रॉब्लम आईया ने तो मेरे ख्याल अनुसार भी नहीं आईया होनिया, ठीक है ना। तो मैं वैसे जिहड़ियां प्रॉब्लम ने ना उन्होंने मैं शेयर करना नहीं चाहती, मैं उन्होंने दोबारा याद नहीं करना चाहती। ये भी एक वो चीज़ है कि तुहाडा सैल्फ मोटिवेशन है, तुहाडा कॉन्फिडेंस है कि तुसी कर सकते हो। असीं क्यों किसी नूं समस्यावां दसीए, मतलब विमेन औरत विचारी नहीं है, इत्थे आपां ये चीज़ कह सकते हैं। बिल्कुल जी, मैं अपने आप दे विच इन्नी क मतलब कोशिश करदी हुंदी आ कि मैनू इन्ना क स्ट्रोंग बना मलका कि मैनू किसी नूं दसना ना पवे कि मैं अंदरों किन्नी क दुखी हाँ। पर मैनू मुश्किलां बहुत ज़्यादा आईयां, बहुत ज़्यादा। मैं दस्सिया तुहानूं पहलां भी कि मैं दो दो तीन तीन घंटे बैठ के रोंदी भी रही हाँ, ठीक है ना, कि भी मैनू किसी हिसाब नाल मेरा कोई हल हो, कोई जिहड़ी प्रॉब्लम आ सॉल्व होवे। लेकिन इस टाइम मैं बहुत ज़्यादा स्ट्रोंग हाँ जी। हुण मैं पुरानिया गल्लां ने जिहड़ियां उन्होंने याद करना नहीं चाहती, याद रखदी हाँ लेकिन उन्होंने दोहरावना नहीं चाहती क्योंकि अज मैनू बहुत ज़्यादा सपोर्ट मिलती है जी। मेरे लास्ट दो सवाल ने मैडम, अपनी जिंदगी अपनी चाल चलती रहती है, कोई यहोजी घटना कोई यहोजा पल जदों आश्रम शुरू तुसी आश्रम नूं ज्वाइन किया उदों तों लैके हुण तक तुहानूं बहुत खुशी मिली होवे, तुहानूं लग्या होवे कि वह पल सी जदों मैं असीम खुशी दे मूमेंट दे विच सी। लॉकडाउन दे विच सानूं काफ़ी मुश्किल आईयां जी, बजुर्ग दियां बजुर्ग ने जिहड़े साडे कोले ज़्यादा हो गए सी, सानूं उहनां नूं रखण दी जिहड़ी जगह हैगी उह साडे कोले घट सी। उस मकसद नूं असीं पूरा करन दे लई हुण असीं उपर बिल्डिंग बनाउणी शुरू कीती होई है जी, जिहड़ा तकरीबन 3000 स्क्वेयर फुट साडा हैगा बिल्डिंग दा जिहड़ा असीं रखिया टारगेट। तो मैं सारे ही दर्शकां नूं बेनती करदी हाँ कि सानू असी नहीं कहिंदे भी सानू कैश चाहिए, साड़ी जो भी रिक्वायरमेंट हैगी साड़ी जरूर पूरी की जाए जी, जिद सरिया सीमेंट रेता बजरी आते साडा कोई भी बंदा इधर उधर किसी को मंगन नहीं जाता जी। जो भी डोनेशन देनी है तुसी वह बिरध आश्रम के ही देनी है ताकि तुहाडे मन में भी संतुष्टि रहे जी। खुशियाँ मैनू बहुत ने जी, मालक की कृपा बहुत खुशी है जी, ठीक है ना। मैं कोशिश मेरी होंगी भी मेरा बजुर्ग कोई भी परेशान ना हो, बजुर्गों की खुशी च मेरी खुशी है जी। औरतों को क्या मैसेज देना चाहूँगी अज विमेन डे है? अज विमेन डे ते जी मैं औरतों को ये मैसेज देना चाहूँगी, हर औरत यह चाहती है कि मेरा पुत्र सरवण पुत्र होवे, पर कोई औरत यह नहीं चाहती कि मेरा पति सरवण पति हो। मैं सारिया भैनों यो ही गुजारिश करांगी कि तुहाडे जिहड़े पेरेंट्स ने उन्हां दी वध तों वध सेवा करिया करो क्योंकि बजुर्गों दीआं दुआवां दे विचों ना बहुत कुछ मिलदा जी। मैं इत्थे बैठी हाँ ना तो मैं बजुर्गों दीआं दुआवां नाल बैठी हाँ जी, ठीक है। मैं कहना चाहूँगी कि तुहाडा जिहड़ा मकसद हैगा, तुसी कोई भी लेडी जिहड़ी हैगी आ कोई भी औरत हैगी आ किसे मकसद विच जाना चाहुंदी आ उहदा जिहड़ा मकसद है वह सही होना चाहिए, उहदी जिहड़ी सोच है वह सही होनी चाहिए आ, उहदा मकसद गलत जिहदे नाल किसे नूं सोसाइटी दे विच जां किसे परसन नूं दुख ना होवे जी, ठीक है ना। तुसी जिहड़े रस्ते नूं मर्जी चुन लो, रस्ते सारे ही बहुत वधिया ने। सोच की हुंदी है, साडी सोच माड़ी जदों हो जांदी है ना ते तुहाडे लई सब तों ज़्यादा जरूरी है तुहाडे घरदिआं दा विश्वास।
अपने पेरेंट्स का विश्वास ना कदे भी टुटन दिओ जी। मैं अपने पेरेंट्स के विश्वास नाल बैठी हूँ। मैं तीसरे बंदे दे विश्वास नू अज तक ये लैके नहीं चली कि मैनू मेरे ते उन्हां नू यकीन होना चाहिए, क्योंकि मैं एक मकसद नू लैके चली हुई हूँ। मैं एक मकसद सी, मेरा सच्चा सुचा मकसद सी, सोच नू कदे भी अपनी नू नीवा ना होण दिओ। ਜਦੋਂ ਤੁਹਾਡੀ ਸੋਚ ਮਾੜੀ ਹੋ ਜਾਂਦੀ ਹੈ ਫਿਰ ਤੁਸੀਂ ਆਪਣੇ ਮਕਸਦ ਤੋਂ ਭਟਕ ਜਾਂਦੇ ਹੋ ਜੀ। ਅਤੇ ਮੈਂ ਭੈਣਾਂ ਨੂੰ ਇਹੋ ਹੀ ਕਹੂੰਗੀ ਕਿ ਆਪਣੀ ਸੋਚ ਨੂੰ ਨਿਰਸੁਆਰਥ ਹੋ ਕੇ ਸੇਵਾ ਕਰੋ। ਤੁਹਾਡੀ ਲਾਈਫ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਕੋਈ ਪ੍ਰੋਬਲਮ ਹੋ ਸਕਦੀ ਆ। ਆਪਣੇ ਬੱਚਿਆਂ ਨੂੰ ਪੇਰੈਂਟਸ ਪ੍ਰਤੀ ਸੇਵਾ ਕਰਨ ਦੀ ਹਿੰਮਤ ਦਿਆ ਕਰੋ, ਉਹਨਾਂ ਨੂੰ ਸਮਝਾਇਆ ਕਰੋ ਕਿ ਪੇਰੈਂਟਸ ਦੀ ਜਿਹੜੀ ਸੇਵਾ ਹੈਗੀ ਆ ਉਹਦੇ ਨਾਲ ਤੁਹਾਨੂੰ ਬਹੁਤ ਉਤਸ਼ਾਹ ਮਿਲਦਾ ਜੀ। ਅਤੇ ਸਾਨੂੰ ਰਵੀ ਜੀ ਨੇ ਦੱਸਿਆ ਕਿ ਕਿਸ ਤਰ੍ਹਾਂ ਦੇ ਨਾਲ ਉਹ ਇੱਥੇ ਆਸ਼ਰਮ ਚਲਾ ਰਹੇ ਨੇ। ਇੱਕ ਕਾਬਲੇ ਤਾਰੀਫ ਉਹਨਾਂ ਦਾ ਇਹ ਉਪਰਾਲਾ, ਜਿੰਨੀ ਵੀ ਸਿਫਤ ਕੀਤੀ ਜਾਵੇ ਘੱਟ ਹੈ। ਅਤੇ ਸਾਡੇ ਨਾਲ ਬਜ਼ੁਰਗ ਵੀ ਇੱਥੇ ਜੋ ਆਸ਼ਰਮ ਦੇ ਵਿੱਚ ਰਹਿ ਰਹੇ ਨੇ ਉਹ ਮੌਜੂਦ ਨੇ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਬਾਬਾ ਜੀ ਠੀਕ ਹੋ? ਹਾਂਜੀ ਠੀਕ ਠਾਕ। ਠੀਕ ਹੋ? ਕਿਸ ਠੀਕ ਹੋ ਬੀਬੀ ਜੀ? ਸਿਹਤ ਸੰਭਾਲ ਸਹੀ ਹੈ? ਵਧੀਆ ਪੂਰੀ, ਬਹੁਤ ਜ਼ਿਆਦਾ ਠੀਕ ਹੋ ਤੁਸੀਂ? ਸਹੀ ਚੱਲ ਰਿਹਾ ਇੱਥੇ ਵਧੀਆ? ਸਾਡੀ ਤਾਂ ਸਾਂਭ ਇੱਥੇ ਹੀ ਨਹੀਂ ਹੁੰਦੀ ਆ ਨਾ, ਜਿਹਦਾ ਹਿਸਾਬ ਕੋਈ ਨਹੀਂ। ਆਪ ਚਾਹੇ ਭੁੱਖੇ ਵੀ ਰਹਿ ਜਾਣ, ਸਾਨੂੰ ਭੁੱਖਾ ਨਹੀਂ ਇੱਥੇ ਰਹਿੰਦੇ। ਰੋਟੀ ਪਾਣੀ ਮੀਂਹ ਆਵੇ ਚਾਹੇ ਕੁਛ ਆਵੇ, ਸਾਡੀ ਰੋਟੀ ਪਾਣੀ ਇੱਥੇ ਪਹੁੰਚਦੀ ਓ ਪਹੁੰਚਦੀ। ਕਿੰਨਾ ਚਿਰ ਹੋ ਗਿਆ ਤੁਹਾਨੂੰ ਇੱਥੇ? ਮੈਨੂੰ ਹੋ ਗਿਆ ਜੀ ਤਕਰੀਬਨ 4-5 ਮਹੀਨੇ। ਮਾਤਾ ਜੀ ਤੁਹਾਨੂੰ ਕਿੰਨਾ ਟਾਈਮ? ਸਾਲ ਹੋ ਗਿਆ। ਅੱਛਾ, ਸਾਲ ਤੋਂ ਇੱਥੇ। ਅਤੇ ਮੈਡਮ ਬਾਰੇ ਕੀ ਕਹਿਣਾ ਚਾਹੋਗੇ? ਬਹੁਤ ਅੱਛੀ ਹੈ। ਬਹੁਤ ਅੱਛੀ ਹੈ, ਬਹੁਤ ਪਿਆਰ ਕਰਦੇ ਨੇ। ਬਾਬਾ ਜੀ ਤੁਸੀਂ ਕੀ ਕਹੋਗੇ ਮੈਡਮ ਬਾਰੇ? ਮੈਡਮ ਬਾਰੇ ਤਾਂ ਮੈਂ ਇੰਨਾ ਕਹਿ ਸਕਦਾ, ਮੇਰੀ ਜ਼ਬਾਨ ਹੀ ਨਹੀਂ ਯਾਦ ਦਿੰਦੀ ਜਿੰਨਾ ਮੈਂ ਕਹਿ ਸਕਦਾ, ਕਿਉਂ ਇਹਦੇ ਵਰਗਾ ਤਾਂ ਕੋਈ ਬੰਦਾ ਦੁਨੀਆ 'ਤੇ ਮੈਂ ਦੇਖਿਆ ਨਹੀਂ ਹੈਗਾ। ਜਿੰਨੀ ਇਹ ਸਾਡੀ ਸਾਂਭ ਕਰਦੇ ਨੇ ਨਾ, ਬਸ ਉਹ ਥੋੜ੍ਹੀ ਕੀ ਕਹਿ ਸਕਦੇ ਇਹਨਾਂ ਬਾਰੇ। ਕਿਸੇ ਗੱਲ ਤੋਂ ਸਾਨੂੰ ਇਹ ਤੰਗ ਨਹੀਂ ਹੋਣ ਦਿੰਦੇ। ਹਾਂ ਬਹੁਤ ਚੰਗੇ ਹੈ। ਕੌਣ ਚੰਗੇ ਨੇ ਜੀ? ਇਹ ਬੀਬੀ ਬਹੁਤ ਚੰਗੀ ਹੈ। ਤੁਹਾਨੂੰ ਪਿਆਰ ਕਰਦੇ ਨੇ ਵਧੀਆ? ਹਾਂ ਵਧੀਆ, ਮੈਨੂੰ ਸਵੇਰੇ ਧੋਂਦੀ ਸਭ ਕੁਛ ਕਰਦੀ ਹੈ ਮੇਰਾ। ਕਿੰਨੇ ਸਾਲ ਹੋ ਗਏ ਤੁਹਾਨੂੰ ਇੱਥੇ? ਫਾਜ਼ਤ ਬਹੁਤ ਕਰਦੀ ਹੈ ਸਾਡੀ, ਫਾਜ਼ਤ ਬਹੁਤ ਕਰਦੀ ਹੈ ਸਾਡੀ, ਕਿਸੇ ਗੱਲ ਥੁੜ ਨਹੀਂ ਦਿੰਦੀ। ਅਤੇ ਤੁਸੀਂ ਸੁਣਿਆ ਇਹਨਾਂ ਬਜ਼ੁਰਗਾਂ ਨੂੰ ਵੀ ਜੋ ਇੱਥੇ ਆਪਣੇ ਪਰਿਵਾਰ ਦੇ ਵਾਂਗ ਰਹਿੰਦੇ ਨੇ, ਅਤੇ ਸਲੋਤਾ ਕਰ ਰਹੇ ਨੇ ਰਵੀ ਦੇਵਗਨ ਦੀ ਜੋ ਇਹਨਾਂ ਨੂੰ ਆਪਣੇ ਬਜ਼ੁਰਗਾਂ ਦੇ ਵਾਂਗੂ ਇੱਥੇ ਪਾਲ ਰਹੇ ਨੇ। ਅਸੀਂ ਪਰਮਾਤਮਾ ਨੂੰ ਦੁਆ ਕਰਦੇ ਹਾਂ ਕਿ ਉਹ ਰਵੀ ਦੇਵਗਨ 'ਤੇ ਇਹਨਾਂ ਬਜ਼ੁਰਗਾਂ 'ਤੇ ਆਪਣੀ ਮਿਹਰ ਦਾ ਹੱਥ ਬਣਾਈ ਰੱਖੇ, ਸਿਹਤਯਾਬੀ ਇਹਨਾਂ ਨੂੰ ਦੇਈ ਰੱਖੇ, ਅੱਲਾਹ ਤਾਲਾ ਇਹਨਾਂ ਨੂੰ ਸ਼ਿਫਾ ਬਖਸ਼ੀ ਰੱਖੇ, ਅਤੇ ਰਵੀ ਦੇਵਗਨ ਅੱਗੇ ਵੀ ਬਜ਼ੁਰਗਾਂ ਦੀ ਸੇਵਾ ਸੰਭਾਲ ਕਰਦੇ ਰਹਿਣ, ਅਤੇ ਬਜ਼ੁਰਗ ਵੀ ਉਹਨਾਂ ਦੇ ਸਾਏ ਦੇ ਹੇਠ ਖੁਸ਼ੀ ਖੁਸ਼ੀ ਰਹਿਣ। ਕੈਮਰਾਮੈਨ ਟੋਨੀ ਦੇ ਨਾਲ ਮੈਂ ਜਸਮੀਤ ਕੌਰ, ਡੇਲੀ ਪੋਸਟ ਪੰਜਾਬੀ, ਜਗਰਾਉਂ।